मैं पहला तो सारे प्रेस वाले वीर का तहे दिलों धन्यवाद करदा ते तुसी जदों भी कोई साडी आवाज़ सरकारां तक प्रशासन तक अनुशासन तक पहुँचानी होए तो थोड़े सहयोग की बहुत वड्डी सानूं लोड़ हुंदी है ते तुसी साडी ओह लोड़ पूरी करदे हैं। ते दूजा मैं जिहड़े साडे स्रोते थोड़े राहीं साडियां खबरां सुन रहे हैं ते उहनां दा भी तहे दिलों धन्यवाद करदा ताकि जिहड़े लोकल लोगों के मुद्दे हैं दबे कुचले लोगों के मुद्दे ने वह मुद्दों जदों तक थोड़े राहीं दस सकते हैं असी ਤਾਂ ਇਹ ਜਿਹੜੀ ਤੁਹਾਡੇ ਰਾਹੀਂ ਟੀ ਵੀ ਚੈਨਲਾਂ ਰਾਹੀਂ ਤੁਹਾਡਾ ਘਰ ਘਰ ਜਿਹੜਾ ਮੈਸੇਜ ਸੁਣਿਆ ਜਾਊਗਾ। ਅਤੇ ਮੈਂ ਮੇਨ ਗੱਲ ਕਰਨ ਲੱਗਿਆ ਵੀ ਜਿਵੇਂ ਅੱਜ ਗੱਲ ਕਰ ਲਈਏ ਪੁਲਿਸ ਦੀ, ਪੰਜਾਬ ਪੁਲਿਸ ਦੀ ਕਰ ਲਓ, ਮੋਹਾਲੀ ਪੁਲਿਸ ਦੀ ਕਰ ਲਓ, ਜਿੱਥੇ ਬਹੁਤ ਸਾਰੇ ਜਿਹੜੀਆਂ ਅਣਗਹਿਲੀਆਂ ਜਿਵੇਂ ਸਰਕਾਰਾਂ ਬਹੁਤ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕਰਦੀਆਂ ਨੇ। ਅਤੇ ਇੱਕ ਮੇਰੇ ਕੋਲ ਕੇਸ ਹੈਗਾ ਜਿਹੜਾ 2018 ਤੋਂ ਇੱਕ FIR ਡਾਇਰੈਕਟਰ ਪੰਚਾਇਤ ਵੱਲੋਂ, ਡਾਇਰੈਕਟਰ ਪੰਚਾਇਤ ਦੇ ਅਫਸਰਾਂ ਵੱਲੋਂ ਥਾਣਾ ਫੇਸ 8 'ਚ ਦਰਜ ਕਰਾਈ ਜਾਂਦੀ ਹੈ ਕੁਛ ਠੇਕੇਦਾਰਾਂ ਦੇ ਖਿਲਾਫ ਜੋ ਸਰਕਾਰ ਵੱਲੋਂ, ਕੇਂਦਰ ਸਰਕਾਰ ਵੱਲੋਂ ਪੈਸਾ ਨਰੇਗਾ 'ਚ BPL ਵਾਲੇ ਲੋਕਾਂ ਨੂੰ ਆਇਆ, ਜਿਵੇਂ ਪੰਚਾਇਤੀ ਜ਼ਮੀਨਾਂ 'ਚ ਬੂਟੇ ਲਾਉਣ ਦੀ ਗੱਲ ਕਰ ਲਈਏ ਜਾਂ ਹੋਰ ਕੋਈ ਜਿਹੜੀ ਸਕੀਮ ਹੈ ਕੇਂਦਰ ਦਵਾਈ, ਉਹਦੇ 'ਚ ਬਹੁਤ ਇੱਕ ਵੱਡਾ ਘੁਟਾਲਾ ਹੋਇਆ ਸੀ ਜਿਸ ਘੁਟਾਲੇ ਦੀ ਕੰਪਲੇਂਟ ਡਾਇਰੈਕਟਰ ਪੰਚਾਇਤ ਕੋਲ ਪਹੁੰਚੀ। ਡਾਇਰੈਕਟਰ ਪੰਚਾਇਤ ਵੱਲੋਂ ਥਾਣਾ ਫੇਸ 8 'ਚ ਇੱਕ FIR 5 ਨੰਬਰ ਜਿਹੜੀ FIR ਹੈ ਉਹ 2018 'ਚ ਦਰਜ ਕਰਾਈ ਸੀ। ਠੇਕੇਦਾਰਾਂ ਨੇ ਜਦੋਂ ਆਪਣੀ ਸਾਰੀ ਦੱਸੀਏ ਕਹਾਣੀ ਤਫਤੀਸ਼ 'ਚ ਆਇਆ, ਉਹਨਾਂ ਨੇ ਕਈ ਅਫਸਰਾਂ ਦੇ, ਸੀਨੀਅਰ ਅਫਸਰਾਂ ਦੇ ਨਾਮ ਲਏ ਵੀ ਅਸੀਂ ਖੁਦ ਜਿਹੜਾ ਇਹ ਘੁਟਾਲਾ ਕੀਤਾ ਨਹੀਂ, ਸਾਡੇ ਤੋਂ ਤਾਂ ਕਰਾਇਆ ਗਿਆ, ਸਾਨੂੰ ਇਸ ਤਰ੍ਹਾਂ ਤਰ੍ਹਾਂ ਮੋੜ ਕੇੜ ਪਾ ਕੇ ਸਾਨੂੰ ਇਹ ਟੈਂਡਰ ਪਾਸ ਹੋਏ, ਟੈਂਡਰ ਪਾਸ ਹੋਣ ਦੇ ਵੀ ਪੈਸੇ ਲਏ ਹੈ ਅਤੇ ਇਹ ਜਿਹੜਾ ਹੈਗਾ ਅਰਬਾਂ ਰੁਪਏ ਦਾ ਘੁਟਾਲਾ ਜਿਹੜਾ ਹੋਇਆ ਸੀ ਇਹਦੇ 'ਚ ਵੱਡਾ ਲੈਣ ਦੇਣ ਹੋਇਆ। ਅਤੇ ਜਿਸ ਨੂੰ ਲੈ ਕੇ FIR ਦਰਜ ਹੋਈ ਹੈ ਉਹ ਅਫਸਰਾਂ ਨੂੰ ਬਚਾਉਣ ਵਾਸਤੇ ਥਾਣਾ ਫੇਸ 8 ਦੇ ਇੱਕ ASI ਰਕੇਸ਼ ਕੁਮਾਰ ਇਸ ਕੇਸ ਦਾ ਤਫਤੀਸ਼ੀ ਅਫਸਰ ਹੈ, IO ਹੈ। ਪਹਿਲਾਂ ਵੀ ਉਹਨਾਂ ਬਹੁਤ ਸਾਰੀਆਂ ਮੈਂ ਉਦਾਹਰਨਾਂ ਤੁਹਾਨੂੰ ਦੇ ਚੁੱਕਿਆ ਹਾਂ, ਪਹਿਲਾਂ ਵੀ ਉਹ ਬਹੁਤ ਕੇਸਾਂ 'ਚ ਜਿਹੜਾ ਹੈਗਾ ਇਸੇ ਤਰ੍ਹਾਂ ਕਰਦਾ ਤਾਂ ਕਿ ਮੋਟੀ ਰਕਮ ਲੈ ਕੇ ਮੋਟੇ ਪੈਸੇ ਬਟੋਰ ਕੇ ਕੇਸ ਖਰਾਬ ਕਰ ਦੇਣਾ ਜਾਂ ਕੇਸਾਂ 'ਚ ਰਿਲੀਫ ਦੇਣ ਵਾਸਤੇ। ਅਤੇ ਉਹਨਾਂ ਅਫਸਰਾਂ ਨੂੰ ਬਚਾਉਣ ਕਰਕੇ ਅੱਜ ਤੱਕ ਜਿਹੜਾ ਕੇਸ ਦਾ ਚਲਾਨ ਨਹੀਂ ਪੇਸ਼ ਕੀਤਾ ਸੀ। ਜਦੋਂ ਚਲਾਨ ਨਹੀਂ ਪੇਸ਼ ਕੀਤਾ ਸੀ ਸਾਡੇ ਵੱਲੋਂ, ਅਸੀਂ ਇਕੱਠੇ ਹੋ ਕੇ, ਮੇਰੇ ਵੱਲੋਂ ਮੇਰਾ ਕੇਸ ਇੱਕ ਦਾਇਰ ਕੀਤਾ ਗਿਆ ਵੀ ਇਸ ਕੇਸ ਦਾ ਚਲਾਨ ਪੇਸ਼ ਕੀਤਾ ਜਾਵੇ। ਮਾਨਯੋਗ SSP ਮੋਹਾਲੀ ਜੀ ਨੂੰ ਇੱਕ ਹੁਕਮ ਹੋਏ ਸੀ ਅਤੇ ਉੱਥੇ ਇੱਕ IO ਗਿਆ ਸੀ ਭੁਪਿੰਦਰ ਸਿੰਘ, ਉਸ ਕੇਸ ਦਾ ਉਹਨੂੰ ਹੁਕਮ ਹੋਇਆ ਵੀ 15 ਦਿਨ 'ਚ ਅਸੀਂ ਚਲਾਨ ਪੇਸ਼ ਕਰ ਦਾਂਗੇ, ਪਰ ਲੇਕਿਨ ਉਹ ਫਿਰ ਵੀ 5-4 ਮਹੀਨੇ ਬੀਤਣ ਤੋਂ ਚਲਾਨ ਪੇਸ਼ ਨਹੀਂ ਕੀਤਾ। ਅਸਲ ਮਨਸ਼ਾ ਇਹ ਸੀ ਵੀ ਜਿਹੜੇ ਜੇ ਚਲਾਨ ਪੇਸ਼ ਕੀਤਾ ਤਾਂ ਸੀਨੀਅਰ ਅਫਸਰ ਸਾਰੇ ਵਿੱਚ ਆ ਜਾਣਗੇ, ਉਹ ਅਫਸਰਾਂ ਨੂੰ ਬਚਾਉਣ ਲਈ ਇਹਨਾਂ ਨੇ ਅਫਸਰਾਂ ਤੋਂ ਕੋਈ ਮੋਟੀ ਰਕਮ ਲੈ ਕੇ ਉਹਨਾਂ ਨੂੰ ਬਚਾਉਣ ਵਾਸਤੇ ਚਲਾਨੇ ਨਹੀਂ ਪੇਸ਼ ਕਰ ਰਹੇ ਸੀ। ਜਦੋਂ ਇਹਨੂੰ ਲੈ ਕੇ ਦੁਬਾਰਾ ਸਾਨੂੰ ਕੰਡੈਮਡ ਪਾਉਣੀ ਪਈ, ਸਾਡਾ 1-1.5 ਲੱਖ ਰੁਪਏ ਦਾ ਇਸ ਥਾਣਾ ਫੇਸ 8 ਦੀ ਪੁਲਿਸ ਨੇ ਨੁਕਸਾਨ ਕਰਾਇਆ, ਸਾਨੂੰ 2 ਵਾਰੀ ਕੇਸ ਪਾਉਣਾ ਪਿਆ। ਹੁਣ ਜਦੋਂ ਇਹਦੀ ਸੁਣਾਈ 17 ਅਕਤੂਬਰ ਨੂੰ ਸੀ, ਜਿਹੜਾ ਹੁਣ ਤਰੀਕ ਲੰਘ ਕੇ ਗਈ ਹੈ, 17 ਅਕਤੂਬਰ ਨੂੰ ਇਸ ਕੇਸ ਦੀ ਸੁਣਾਈ ਹੋਈ ਹਾਈਕੋਰਟ। ਉੱਥੇ ਜਾ ਕੇ ਕੀ ਹੋਇਆ, ਹੁਣ ਰਿਪਲਾਈ ਜਿਹੜੀ ਹੈ ਮਾਨਯੋਗ SSP ਮੋਹਾਲੀ ਨੇ ਦਿੱਤੀ ਹੈ ਅਤੇ ਉਹਨਾਂ 'ਚ ਜਿਹੜੇ ਰਿਪਲਾਈ ਦਿੱਤੀ ਹੈ, ਜਵਾਬ ਦਿੱਤਾ ਅਤੇ ਕਹਿੰਦੇ ਜੀ ਚਲਾਨ ਤਾਂ ਅਸੀਂ ਪੇਸ਼ ਕਰਤਾ ਕੋਰਟ 'ਚ ਮੋਹਾਲੀ। ਅਤੇ ਜਿਹੜੇ ਅਫਸਰਾਂ ਨੇ ਔਨ ਡਿਊਟੀ ਰਹਿੰਦੇ ਹੋਏ, ਸਰਕਾਰੀ ਡਿਊਟੀ ਦੇ ਰਹਿੰਦੇ ਹੋਏ, ਉਹਨਾਂ ਨੇ ਮਾਨਯੋਗ ਕੋਰਟ ਦੀ ਅਦਾਲਤ ਦੇ ਹੁਕਮ ਨਹੀਂ ਮੰਨੇ, ਜਿਨ੍ਹਾਂ 'ਚ ਰਜੇਸ਼ ਕੁਮਾਰ ਅਰੋੜੇ ਦਾ ਸਾਫ਼ ਨਾਂ ਲਿਖਿਆ ਜਿਹੜਾ SHO ਰਿਹਾ, ਬਲਵਿੰਦਰ ਸਿੰਘ ਸਬ ਇੰਸਪੈਕਟਰ ਇੱਥੇ SHO ਰਿਹਾ, ਅਤੇ ਇੱਕ IO ਰਕੇਸ਼ ਕੁਮਾਰ ASI ਹੈ, ਅਤੇ ASI ਭੁਪਿੰਦਰ ਸਿੰਘ, ਚਾਰੇ ਬੰਦਿਆਂ ਦੇ ਖਿਲਾਫ਼ ਵਿਭਾਗੀ ਪੜਤਾਲ ਕਰਕੇ 2 ਮਹੀਨੇ ਦੇ ਅੰਦਰ ਅੰਦਰ SP City ਮੋਹਾਲੀ ਨੂੰ ਸੌਂਪੀ ਹੈ ਤਾਂ ਕਿ ਹਰ 15 ਦਿਨ ਬਾਅਦ ਉਹ ਇਸ ਜਿਹੜੀ ਇਨਕੁਆਇਰੀ ਦੀ ਰਿਪੋਰਟ ਸੀਨੀਅਰ ਅਫਸਰਾਂ ਨੂੰ ਦੇਣਗੇ ਅਤੇ 2 ਮਹੀਨੇ 'ਚ ਵਿਭਾਗੀ ਕਾਰਵਾਈ ਲਿਖੀ ਹੈ, ਜਿਹੜਾ ਹਲਫੀਆ ਬਿਆਨ ਐਫੀਡੈਵਿਟ SSP ਨੇ ਦਾਇਰ ਕੀਤਾ। ਅਤੇ ਅਸੀਂ ਇਹ ਮੰਗ ਕਰਦੇ ਹਾਂ ਵੀ ਮਾਨਯੋਗ SSP ਸਾਹਿਬ ਜਿਹੜੇ ਇਹਨਾਂ ਦੇ ਕਾਰਨਾਮੇ ਕਰੇ, ਚਾਹੇ ਉਹ SHO ਰਜੇਸ਼ ਕੁਮਾਰ ਅਰੋੜਾ ਹੋਏ, ਚਾਹੇ ASI ਰਕੇਸ਼ ਕੁਮਾਰ ਹੋਏ, ਕੋਈ ਵੀ ਹੋਏ, ਤਾਂ ਇਹਨਾਂ ਦੇ ਕਾਰਨਾਮਿਆਂ ਦੀ ਜਿਹੜੀ ਸਜ਼ਾ ਇਹਨਾਂ ਨੂੰ ਭੁਗਤਣ ਦਿਓ। ਜੇਕਰ ਇਹਨਾਂ ਨੂੰ ਬਚਾਓਗੇ ਤੁਸੀਂ ਆਪਣਾ ਕਿ ਸਜ਼ਾ ਦੇ ਭਾਗੀ ਹੋ ਜਾਓ, ਸਜ਼ਾ ਦੇ ਹੱਕਦਾਰ ਹੋ ਜਾਓ। ਅਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਇਹਨਾਂ ਨੇ ਅਣਗਹਿਲੀ ਵਰਤੀ, ਮਾਨਯੋਗ ਕੋਰਟ ਦੇ ਹੁਕਮ ਨਹੀਂ ਮੰਨੇ, ਸਰਕਾਰੀ ਡਿਊਟੀ ਹੁੰਦੇ ਤਨਖਾਹਾਂ ਲਈਆਂ, ਸਾਰਾ ਕੁਛ ਲਿਆ, ਸਾਡਾ ਨੁਕਸਾਨ ਹੋਇਆ, ਇਹਨਾਂ ਦੇ ਖਿਲਾਫ਼ ਅਸੀਂ ਧਾਰਾ 166-167 ਦੇ ਅੰਦਰ FIR ਦਰਜ ਕਰਕੇ ਤਾਂ ਕਿ ਇਹਨਾਂ ਦੇ ਕੇਸ ਰਜਿਸਟਰਡ ਕੀਤਾ ਜਾਵੇ, ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਤਾਂ ਕਿ ਮੁੜ ਕੇ ਕੋਈ ਸਰਕਾਰੀ ਮੁਲਾਜ਼ਮ ਜਾਂ ਪੁਲਿਸ ਅਫਸਰ ਕੋਈ ਕੋਰਟ ਦੇ ਹੁਕਮਾਂ ਨੂੰ ਅਣਗੌਲਾ ਨਾ ਕੀਤਾ ਜਾਵੇ। ਸਰਕਾਰੀ ਜਾਂ ਪੁਲਿਸ ਮੁਲਾਜ਼ਮ ਇਸ ਤਰ੍ਹਾਂ ਦੀ ਮਤਲਬ ਕਿ ਨਿਯਮਾਂ ਦੀ ਉਲੰਘਣਾ ਕਰਦੇ ਨੇ, ਜਿਹੜੇ ਸੀਨੀਅਰ ਚਾਹੇ SSP ਸਾਹਿਬ ਨੇ ਜਾਂ DSP ਸੀ ਆਪਣੇ SP ਨੇ, ਇਹਨਾਂ ਨੂੰ ਪਤਾ ਨਹੀਂ ਵੀ ਮਤਲਬ ਇਸ ਤਰ੍ਹਾਂ ਦੇ ਉਹਨਾਂ ਦਾ ਥਾਣੇ ਦੇ ਮੁਲਾਜ਼ਮ ਕਰ ਰਹੇ ਨੇ, ਤਾਂ ਉਹਨਾਂ ਦੇ ਖਿਲਾਫ਼ ਕਾਰਵਾਈ ਨਹੀਂ ਕਰ ਸਕਦੇ, ਅਧਿਕਾਰੀ ਤਾਂ ਕਰ ਸਕਦੇ, ਪਾਵਰ ਹੈ ਇਹਨਾਂ ਨੂੰ। ਮੈਂ ਜਦੋਂ ਦੇਖੋ ਹੁਣ ਜਦੋਂ ਸੀਨੀਅਰ ਨੂੰ ਮੈਂ SSP ਨੂੰ ਬਾਈ ਨੇਮ, ਡਾਕਟਰ ਸੰਦੀਪ ਗਰਗ ਜੀ ਅਤੇ ASI ਤਫਤੀਸ਼ੀ ਅਫਸਰ ਨੂੰ, ਦੋਨਾਂ ਨੂੰ ਪਾਰਟੀ ਬਣਾ ਕੇ ਕੇਸ ਪਾਇਆ। ਮੈਂ ਮਾਨਯੋਗ ਅਦਾਲਤ ਨੂੰ ਵੀ ਬੇਨਤੀ ਕਰਦਾ ਇਹ ਕੇਸ ਸਾਡਾ ਡਿਸਪੋਜ ਆਫ ਤਾਂ ਕਰਤਾ, ਪਰ ਲੇਕਿਨ ਜੇ ਸਾਨੂੰ ਸਾਰੇ ਆਰਡਰ ਇਕੱਠੇ ਕਰਕੇ
जिवें कोर्ट नूं अदालत नूं गुमराह करिया पहला राकेश कुमार ने एक एफ आई आर नंबर 72 है थाना फेस 8 की उस एस सी कमीशन वालों आर्डर हो गया मन्ने नहीं है। तो इस तरह एक एफ आई आर 36 नंबर है इतने 2013 की जिहड़ी सुनीता शर्मा नाँ की कंपलेटेड है किडनैप बंदा होया मुड़ के 12 साल हो गए 13 साल हो गए बंदा मुड़ के मिल नहीं रहा उस चलान एक बंदे का पेश करता दो बंदों दोषियों फिर बचाने वास्ते चलान नहीं पेश किया वह पता होने लग्या जो सुनीता शर्मा के बयान होने से सानू 5 साल 7 साल यह नहीं पता लग्या भी किहड़े किहड़े केस च चलान पेश किया उही ए एस आई राकेश कुमार है साढ़े को घट्टो घट इस ए एस आई दे थाना फेस 8 दे 10 केस होने जिन्हें 10 केसा च इन्हें मोटी रकम लेकर लोगों तो पैसे बटोर के यह बंद ने गमराह कर सीनियर अफसर इन बंद बचा रहे हैं ये बंदे बचाने की खातर मान योग मैं ये समझदा भी कितने एस एस पी या कोई डी जी पी अपने गल का रस्सा पा लवे मेरी यह बेनती थोड़े राही मैं बेनती करता है तो इन्होंने किए गए कारनामे की सजा इन्हों जल्द ही मिल जाने दो कि इन्हों बचाने की कोशिश ना करो। बलविंदर जी क्या तो लगता है बार बार ए एस आई जिन्हों का नाम लै रहे हैं कि बार बार इन्होंने उत्ते एलीगेशन लगते हैं या सच्चाई भी होगी पर क्या इन्हों का एड्डा वड्डा रसूख है कि इन्हों की अज तक कार्रवाई नहीं हुई जेकर मैं लड़ाई दिल्ली हुण साडियां तरीकां हुंदियां जदों एस एस पी नूं समनिंग हुंदी है डी आई जी रेंज रोपड़ में समनिंग होंगी है डिविजनल डायरैक्टर में समनिंग होंगी है जो तो डायरैक्टर डी आई जी इस गल की परवाह नहीं करते ठीक है वह ता कि जान बुझ के मकरपणा करते हैं नहीं से एस आई के खिलाफ कार्रवाई करके ता कि ए एस आई मुड़ के यहाजा केस ए एस आई तो लग तो होर भी कोई ए एस आई जोड़ा है वह पबलिक गमराह नहीं कितू करेगा तो मैं मानयोग मुख्यमंत्री साहब अपने कोड़े को जो पुलिस का डिपार्टमेंट है पुलिस महकमा तुम चला रहे तुम अपने अपने महकमे में सुधार लो बाकी शायद ना सिधर का हो कोई अपने डिपार्टमेंट में सुधार लो। क्या मोहाली के पिछाली भी चल रहा है कि बेगुनाह मुलजम बना देना मुलजम बेगुनाह कर देना चल रहा है आम आदमी पार्टी सरकार ये साढ़े को उदाहरण बैठी है सतीश कुमार जी बैठे ने साढ़े को सतीश जी है इन्होंने बेटिया जो थाना फिर 8 च हुई है दुर्दिशा उन्होंने कागज टेबल तो सिर्फ कागज चक ले सी 3 बंदे अंदर बंद करते ते दुर्दिशा उन्होंने दुर्दिशा करी बंदे ने अपने मूंह तो बयान भी नहीं कर सकता बंदे नाल ओ थाना फेस 8 दे एस एच ओ ने करी कही जी माड़ी जी हालत करी जेकर नहीं लेंगे तो असं बेनती करते हैं थोड़े राही जेकर नहीं लेंगे साढ़े को 5-7 मसले हो रहे हैं जिमें सतीश कुमार जी भी साढ़े को खड़े ने मेरा केस है सुनीता शर्मा वाला केस है एक पहला एस सी कमीशन का सारा जोड़ा मानयोग चीफ जस्टिस के ध्यान च लिया के गवर्नर के राज गवर्नर के म जोड़ा पंजाब का साडा राजपाल है वो ध्यान च लिया के सारी जी प्रोपर कार्रवाई कराई दी जाएगी चाहे सूँ दोबारा फिर रिट पटीशन हाई कोर्ट ना पानी पवे ता कि जो तक दोषियों के खिलाफ कार्रवाई नहीं होंगी उदों तक इन्हों का खेड़ा नहीं छुटता तो असी जे बेनीफिट हैं सरकारी उन्होंने भी रोकने वास्ते इन्हों का यह ना हो कि जो टाइम टपा के अपन रिटायरमेंट ना ले जाए असं इन्हों भी जो है बेनीफिट रोकने वास्ते अभी रिट पटीशन पा रहे मैं क्या जी जो जुडिशली का जुडिशली का इस तरह भी लेट जिमें न्याय मिलना हूँ जिमें आधारण तुम गल कर लो एक केस डिसाइड होंगे 30 साल बाद बंद इंसाफ मिले 30 साल बाद दसो जी मैं जुडिशली भी थोड़े राही बेनती करना चाहता है ता कि जेड़े बंदे की डैथ होगी कतल हो गया इंपोर्टेंट केस ने उन्हों का टाइम समा पीरियड बाउंड हो जाए 3 साल या 4 साल यह ना हो बंद 25 साल या 20 साल बाद इंसाफ मिले ता कि बंदा इंसाफ लेंदा लेंदा अगली पीढ़ी का पता नहीं होंगे भी अगली पीढ़ी केस लड़ूगी। मनरेगा वाला इस तरह जिमें केंद्र सरकार तो गरीब लोगों कई स्कीम च पैसा आंदा है तो जिमें मनरेगा दे मनरेगा स्कीम च बूटे लगने से 8x8 का जो बूटा लगना फुट बाई फुट जो बूटा लगना सी उस बूटे का तकरीबन 10-12 रुपए रेट होंगे ठेकेदारों का पर यह अफसर ने मिलकर उन्होंने महंगे रेट पवा के महंगे पास करके अपनी जी है उन्होंने अपनी रिश्वत ली है।